ਕਲੱਬ ਪਾਤੜਾ ਵੱਲੋਂ ਅੱਜ ਮਦਰ ਇੰਡੀਆ ਸਕੂਲ ਪਾਤੜਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਤਹਿਸੀਲਦਾਰ ਪਾਤੜਾ ਸੰਧੂਰਾ ਸਿੰਘ ਸ਼ਾਮਿਲ ਹੋਏ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਹਲਕਾ ਸ਼ੁਤਰਾਣਾ ਦੇ ਪਿੰਡ ਤੇ ਸ਼ਹਿਰਾਂ ਵਿੱਚੋਂ ਵਿੱਦਿਆ ਦੇ ਖੇਤਰ ਦੇ ਵਿੱਚੋਂ ਅਹਿਮ ਰੋਲ ਅਦਾ ਕਰਨ ਵਾਲੇ 35 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਪਾਤੜਾ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ, ਕਿਉਂਕਿ ਇਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਉਹਨਾਂ ਦਾ ਹੌਸਲਾ ਵਧਾਉਣਾ ਸਮਾਜ ਲਈ ਇੱਕ ਨਵੀਂ ਸੇਧ ਹੈ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਪੁਰਸ਼ੋਤਮ ਸਿੰਗਲਾ ਸਕੱਤਰ ਮਗਨ ਬਾਂਸਲ ਨੇ ਕਿਹਾ ਕਿ ਹਲਕਾ ਛਤਰਾਣਾ ਦੇ ਜਿਹੜੇ ਅਧਿਆਪਕਾਂ ਨੇ ਵਿੱਦਿਆ ਦੇ ਖੇਤਰ ਦੇ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ, ਉਹਨਾਂ ਨੂੰ ਅੱਜ ਅਧਿਆਪਕ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ ਹੈ, ਤਾਂ ਜੋ ਹੋਰ ਅਧਿਆਪਕ ਅਜਿਹੇ ਸਨਮਾਨ ਨੂੰ ਦੇਖ ਕੇ ਆਪਣੀ ਕਾਰਗੁਜ਼ਾਰੀ ਨੂੰ ਹੋਰ ਅੱਗੇ ਵਧਾ ਸਕਣ, ਕਿਉਂਕਿ ਅਧਿਆਪਕ ਵਿੱਦਿਆ ਦੇ ਨਾਲ ਨਾਲ ਬੱਚਿਆਂ ਨੂੰ ਸਮਾਜ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਉਸ ਬਾਰੇ ਸਮਝਾਉਂਦੇ ਹਨ। ਇਸ ਮੌਕੇ ਸਨਮਾਨਿਤ ਹੋਏ ਅਧਿਆਪਕਾਂ ਨੇ ਮੁੱਖ ਮਹਿਮਾਨ ਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਬੱਚਿਆਂ ਨੂੰ ਆਪਣੀ ਪੂਰੀ ਤਨਦੇਹੀ ਨਾਲ ਸਿੱਖਿਆ ਦੇਵਾਂਗੇ। 5 ਸਤੰਬਰ ਨੂੰ ਟੀਚਰ ਡੇ ਹੈਗਾ ਗਾ, ਹਰ ਸਾਲ 5 ਸਤੰਬਰ ਨੂੰ ਟੀਚਰ ਡੇ ਮਨਾਇਆ ਜਾਂਦਾ ਹੈਗਾ। ਭਾਰਤ ਦੇ ਪ੍ਰਧਾਨ ਮੰਤਰੀ ਜੀ ਡਾਕਟਰ ਰਾਧਾ ਕ੍ਰਿਸ਼ਨ ਜੀ ਟੀਚਰ ਹੁੰਦੇ ਸੀਗੇ, ਟੀਚਰ ਤੋਂ ਬਾਅਦ ਫਿਰ ਉਹ ਉਪ ਰਾਸ਼ਟਰਪਤੀ ਫਿਰ ਰਾਸ਼ਟਰਪਤੀ ਬਣੇ ਭਾਰਤ ਦੇ, ਇਸ ਕਰਕੇ ਉਹਨਾਂ ਦੇ ਯਾਦ ਵਿੱਚ ਇਹ ਉਹ ਕੀਤਾ ਜਾਂਦਾ ਮਨਾਇਆ ਜਾਂਦਾ। ਰੋਟਰੀ ਕਲੱਬ ਵੱਲੋਂ ਜਿਹੜਾ ਇਹ ਰੋਟਰੀ ਕਲੱਬ ਵੱਲੋਂ ਸਮਾਗਮ ਕਰਵਾਇਆ ਗਿਆ ਜਿੱਦਾਂ ਇਹਦੇ ਸੰਬੰਧ 'ਚ ਕੀ ਕਿਹੜਾ ਜ਼ਰੂਰੀ ਇਹੋ ਜਿਹਾ ਇਹ ਸਮਾਗਮ ਕਿੰਨੇ ਕੁ ਜ਼ਰੂਰੀ ਹੈ? ਸੋ ਰੋਟਰੀ ਕਲੱਬ ਨੂੰ ਜਿਹੜਾ ਸਮਾਜ ਦਾ ਪ੍ਰੋਗਰਾਮ ਕੀਤਾ ਗਿਆ ਬੜਾ ਅੱਛਾ ਲੱਗਿਆ ਮੈਨੂੰ, ਅੱਛਾ ਹੈਗਾ, ਲੋਕਾਂ ਦੀ ਭਲਾਈ ਵਾਸਤੇ ਵੀ ਹੈ, ਲੋਕਾਂ ਨੂੰ ਪ੍ਰੇਰਿਤ ਵੀ ਮਿਲਦੀ ਹੈ ਪ੍ਰੇਰਿਤਾ, ਅਤੇ ਟੀਚਰਾਂ ਨੂੰ ਵੀ ਪ੍ਰੇਰਿਤਾ ਮਿਲਦੀ ਹੈ। ਇਹ ਜੋ ਸਾਡੇ ਦੇਸ਼ ਦੇ ਉਪ ਰਾਸ਼ਟਰਪਤੀ ਰਹੇ ਨੇ ਡਾਕਟਰ ਰਾਧਾ ਕ੍ਰਿਸ਼ਨ ਜੀ, ਸਾਡੇ ਰਾਸ਼ਟਰਪਤੀ ਵੀ ਰਹੇ ਨੇ ਦੇਸ਼ ਦੇ, ਉਹਨਾਂ ਦੀਆਂ ਦੇਸ਼ ਦੇ ਵਿੱਚ ਦੇਸ਼ ਵਿਦੇਸ਼ਾਂ ਵਿੱਚ ਉੱਚ ਡਿਗਰੀ ਉਹਨਾਂ ਨੇ ਆਪਣੀ ਪ੍ਰਾਪਤ ਕੀਤੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਯੂਨੀਵਰਸਿਟੀਆਂ 'ਚ ਜਾ ਕੇ ਵਧੀਆ ਉਹਨਾਂ ਨੇ ਆਧੁਨਿਕ ਢੰਗ ਨਾਲ ਲੋਕਾਂ ਨੂੰ ਸੰਦੇਸ਼ ਦਿੱਤਾ। ਇਹ ਡਾਕਟਰ ਰਾਧਾ ਕ੍ਰਿਸ਼ਨ ਜੀ ਸਾਡੇ ਰਾਸ਼ਟਰਪਤੀ ਰਹੇ ਨੇ, ਉਹਨਾਂ ਦੇ ਜਨਮ ਦਿਨ ਤੋਂ 5 ਸਤੰਬਰ 1962 ਤੋਂ ਇਹ ਰਸਮ ਜਿਹੜੀ ਚਾਲੂ ਕੀਤੀ ਗਈ ਆ, ਜਿਹਦੇ ਤਹਿਤ ਰੋਟਰੀ ਕਲੱਬ ਪਾਤੜਾ ਹਰ ਸਾਲ 5 ਸਤੰਬਰ ਨੂੰ ਟੀਚਰ ਡੇ ਮਨਾਉਂਦਾ। ਇਹਦੇ ਵਿੱਚ ਜੋ ਸਾਡੇ ਸਬ ਡਿਵੀਜ਼ਨ ਪਾਤੜਾ ਦੇ ਜਿੰਨੇ ਵੀ ਸਕੂਲ ਨੇ, ਸਰਕਾਰੀ ਗੈਰ ਸਰਕਾਰੀ ਸਕੂਲ, ਉੱਥੋਂ ਵੱਖ ਵੱਖ ਟੀਚਰਾਂ ਨੂੰ ਸੱਦਾ ਪੱਤਰ ਭੇਜਿਆ ਜਾਂਦਾ, ਜੋ ਉੱਥੇ ਦੇ ਸਕੂਲ ਦੇ ਪ੍ਰਿੰਸੀਪਲ ਜੋ ਟੀਚਰ ਵਧੀਆ ਸੇਵਾਵਾਂ ਦੇ ਰਿਹਾ, ਜਿਹੜਾ ਚਰਿੱਤਰ ਵਧੀਆ, ਸਮਾਜਿਕ ਦਿੱਖ ਵਧੀਆ, ਉਹ ਜੋ ਨੋਮੀਨੇਟ ਕਰਕੇ ਸਾਨੂੰ ਰੋਟਰੀ ਕਲੱਬ ਨੂੰ ਟੀਚਰ ਦਾ ਨਾਮ ਦਿੱਤੇ ਟੀਚਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਅੱਜ ਲਗਭਗ 35 ਟੀਚਰਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਰੋਟਰੀ ਕਲੱਬ ਪਾਤੜਾ ਵੱਲੋਂ। ਹਾਂਜੀ, ਅੱਜ ਰੋਟਰੀ ਕਲੱਬ ਵੱਲੋਂ 35 ਟੀਚਰਾਂ ਦਾ ਸਨਮਾਨ ਕੀਤਾ ਗਿਆ ਟੀਚਰ ਡੇ ਦੇ ਟਾਈਮ 'ਤੇ। ਇਹਦੇ ਨਾਲ ਅਧਿਆਪਕ ਅਨਕਰੇਜ ਹੁੰਦੇ ਨੇ, ਜਿਹੜੇ ਵਧੀਆ ਅਧਿਆਪਕ ਨੇ, ਜਿਹੜੇ ਬੱਚਿਆਂ ਨੂੰ ਮਾਰਗਦਰਸ਼ਨ ਕਰਦੇ। ਪਾਤੜਾ ਤੋਂ ਅਜੇ ਗੋਇਲ ਦੀ ਰਿਪੋਰਟ।